वाहे गुरु वाहे गुरु।
मान रे प्रभु की शरण विचारो जय सिमरत कन काजी उतरी सासु ससुर लारो सत्कारयोग गुरु प्यारी साध संगत जी ख्यालां नूं बाहर जाण तों रोकण दा यतन करिए चित विरतियां नूं करिए एकाग्र रसना दी पवित्रता दे वास्ते सारे ही उचारण करो जी सतनाम श्री पातशाह ने कृपा कीती है सानू इस संध्या वेले दे गुरु दरबार दे अंदर सजे हुए गुरु दरबार दे अंदर संध्या वेले दे ये सत्संग समागम दे विच
ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਭਾਗਾਂ ਵਾਲੇ ਹਨ ਜਿਨ੍ਹਾਂ ਦੇ ਉੱਤੇ ਪਾਤਸ਼ਾਹ ਦੀ ਰਹਿਮਤ ਹੋਈ, ਸਤਿਗੁਰਾਂ ਦੇ ਪਾਵਨ ਦਰਬਾਰ ਦੇ ਵਿੱਚ ਪਹੁੰਚੇ ਹਨ। ਪਿਛਲੇ ਕਈ ਦਿਨਾਂ ਤੋਂ ਇੱਕ ਵਿਚਾਰ ਨੂੰ ਲੈ ਕੇ ਆਪਾਂ ਚੱਲ ਰਹੇ ਹਾਂ ਕਿ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਕਿਉਂਕਿ ਸਾਰਾ ਕੰਮ ਮਨ ਦਾ ਹੈ। ਮਨ ਨੂੰ ਸੰਬੋਧਨ ਕੀਤਾ ਹੈ ਅਤੇ ਤੂੰ ਗੁਰੂ ਦੀ ਚਰਨ ਸ਼ਰਨ ਦੇ ਵਿੱਚ ਆ, ਬਹੁਤ ਤੂੰ ਮਨਮਤੀਆਂ ਕੀਤੀਆਂ ਹਨ, ਮਸਤੀਆਂ ਕੀਤੀਆਂ ਹਨ, ਇਸ ਕਰਕੇ ਮਨ ਨੂੰ ਸੰਬੋਧਨ ਕੀਤਾ ਹੈ ਕਿ ਇਹ ਚਰਨ ਸ਼ਰਨ 'ਚ ਆ, ਕਿਉਂਕਿ ਮਨ ਦੌੜਦਾ ਹੈ। ਇਹ ਮਨ ਉੱਡਣ ਪੰਖੇਰੂ ਬਣਕਾ, ਮਨ ਵਾਸੇ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਜਿਨ੍ਹਾਂ ਨੇ ਇਸ ਗੱਲ ਨੂੰ ਮੰਨਿਆ ਸੁਣਿਆ ਉਹਨਾਂ ਦੇ ਜਿਹੜੀ ਗੱਤ ਹੈ ਕਹੀ ਨਹੀਂ ਜਾਂਦੀ। ਸੁਣਿਆ ਮੰਨਿਆ ਮਨ ਕੀਤਾ ਪਾਉ ਅੰਦਰ ਗੱਤ ਤੀਰਥ ਮਲ ਨਾਉ। ਅੰਦਰ ਦੇ ਜਿਹੜੇ ਅੰਦਰ ਤੀਰਥ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਉੱਥੋਂ ਦੀ ਨਿਸ਼ਾਨੀ ਦੱਸੀ ਹੈ ਸੁਨ ਸਮਾਦ ਅਨਹਤ ਤਹਿਨਾਦ, ਕਹਿਣ ਨਾ ਜਾਈ ਅਚਰਜ ਵਿਸਮਾਦ, ਕਿ ਉਹ ਕਹਿਣ 'ਚ ਨਹੀਂ ਆਉਂਦਾ, ਐਸਾ ਆਨੰਦ ਹੈ ਵਿਸਮਾਦ ਹੈ। ਨਾਲ ਫਿਰ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਮਝਾਉਣ ਵਾਸਤੇ ਇਹ ਮਿਸਾਲਾਂ ਦਿੱਤੀਆਂ ਹਨ ਕਿ ਜਹਿ ਸਿਮਰਤ ਗਨਕਾ ਸੀ ਉਦਰੀ ਤਾਂ ਕੋ ਜਸ ਉਰ ਥਾਰੋ। ਗਣਕਾ ਪਾਪਣ ਹੋਏ ਕਿ ਆਪਾਂ ਵਿਚਾਰ ਕੀਤੀ ਹੈ ਕਿ ਕਿਵੇਂ ਜੁਗਤ ਨਾਲ ਉਸ ਦੀ ਮੁਕਤ ਹੋਈ, ਅਤੇ ਉਹ ਜੋ ਸਾਰੀ ਜ਼ਿੰਦਗੀ ਪਾਪਾਂ ਨਾਲ ਭਰੀ ਸੀ, ਪਰ ਜਦੋਂ ਸਤਸੰਗ ਹੋਇਆ, ਨਾਮ ਜਪਣ ਵਾਲੇ ਜਪਾਉਣ ਵਾਲੇ ਮਹਾਂਪੁਰਖਾਂ ਦਾ ਸੰਗਤ ਮਿਲੀ, ਜੀਵਨ ਬਦਲ ਗਿਆ। ਅਤੇ ਇਸੇ ਤਰ੍ਹਾਂ ਅੱਗੇ ਮਿਸਾਲ ਦਿੱਤੀ ਹੈ ਕਿ ਉਹ ਧਰੂਂ ਦੀ ਦਿੱਤੀ ਹੈ, ਜਿਵੇਂ ਕਿ ਗਣਕਾ ਨੂੰ ਦੇਖ ਕੇ ਕਹਿੰਦੇ ਤੁਸੀਂ ਵੀ ਇਸ ਤਰ੍ਹਾਂ ਦੇ ਨਾਲ ਪਾਰ ਹੋ ਸਕਦੇ ਹੋ ਤਾਂ ਕੋ ਜਸ ਉਰ ਧਾਰੋ। ਉਰ ਕਹਿੰਦੇ ਨੇ ਹਿਰਦੇ ਨੂੰ, ਕਿ ਉਹਦੇ ਵਿੱਚ ਉਹ ਧਾਰਨ ਕਰੋ, ਜਿਵੇਂ ਵੈਖਰੀ 'ਚ ਬੋਲ ਕੇ ਮੱਧਮਾਂ 'ਚ ਅੰਦਰ ਹੁੰਦਾ ਹੈ, ਸੁਣਦੇ ਹਾਂ ਬੁੱਲ ਹਿਲਦੇ ਨੇ, ਜੀਭ ਨਹੀਂ ਵੀ ਹਿੱਲੇਗੀ ਪਰ ਬਾਹਰ ਆਵਾਜ਼ ਨਹੀਂ ਆਉਂਦੀ, ਅੰਦਰ ਸੁਣਦੇ ਹਾਂ। ਹਿਰਦੇ ਦੇ ਵਿੱਚ ਬਿਨ ਜੀਭਾ ਜੋ ਜਪੇ ਆਏ ਕੋਈ ਜਾਣੇ ਕੈਸਾ ਨਾਮ। ਫਿਰ ਪਰਾਵਾਣੀ 'ਚ ਫਿਰ ਅੱਗੇ ਸੁਰਤ ਸ਼ਬਦ ਨਾਲ ਜੋੜੀ ਜਾਂਦੀ ਹੈ, ਆਗਿਆ ਚੱਕਰ 'ਚ ਜਪਦੇ ਹਾਂ। ਸਹੰਸਰਾਰ ਦਲ ਕਮਲ 'ਚੋਂ ਧਿਆਤਾ ਧਿਆਨ ਦੀ ਤ੍ਰਿਕੁਟੀ ਤੋੜ ਕੇ ਗਿਆਤਾ ਗਿਆਨ ਗੇ, ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ, ਅਵਸਥਾਵਾਂ ਹਨ ਗੁਰਮੁਖ ਰੋਮ ਰੋਮ ਹਰ ਧਿਆਵੇ। ਉਹ ਜਿਹੜਾ ਹੈ ਸਵਾਸ ਸਵਾਸ ਦਾ ਸਿਮਰਨ, ਰੋਮ ਰੋਮ ਦਾ, ਕਿੱਡੀਆਂ ਅਵਸਥਾਵਾਂ ਹਨ। ਇਸ ਕਰਕੇ ਜਿਵੇਂ ਧਰੂ 5 ਸਾਲ ਦਾ ਸੀ, ਅਟਲ ਭਿਓ ਧਰੂ ਜਾ ਕੇ ਸਿਮਰਨ, ਕਿਉਂਕਿ ਉਹਦਾ ਨਾਮ ਜਪਣ ਨਾਲ, ਉਹਦੀ ਯਾਦ ਆਉਣ ਦੇ ਨਾਲ ਕੀ ਹੁੰਦਾ ਹੈ, ਨਿਰਭਉ ਜਪੈ ਸਗਲ ਭਉ ਮਿਟੈ। ਹੁਣ 5 ਸਾਲ ਦਾ ਬੱਚਾ ਕੀ ਉਸਨੂੰ ਸੋਝੀ ਹੁੰਦੀ ਹੈ, ਪਰ ਵਿਰਾਗ ਲੱਗਿਆ, ਕਿਉਂਕਿ ਇਹ ਰਾਜਾ ਉਤਾਨ ਪਾਤ ਦਾ ਰਾਜਕੁਮਾਰ ਸੀ, ਵੱਡਾ ਬੇਟਾ ਸੀ, ਰਾਜ ਭਾਗ 'ਤੇ ਵੀ ਇਹਦਾ ਹੱਕ ਬਣਦਾ ਸੀ, ਪਰ ਮਤਰੇਈ ਆਈ ਏਸੇ ਦੀ ਮਾਸੀ, ਉਸਨੇ ਇਹਨਾਂ ਨੂੰ ਰਾਜ ਮਹਿਲਾਂ 'ਚ ਬਾਹਰ ਕੱਢ ਦਿੱਤਾ। ਅਤੇ ਹੁਣ ਜਦੋਂ ਰਾਜਾ ਦੇ ਉਸ ਮਹਿਲਾਂ ਵਿੱਚ ਬੱਚੇ ਖੇਡਣ ਆਉਂਦੇ ਹਨ, ਧਰੂ ਵੀ ਨਾਲ ਆਇਆ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲਿੱਤਾ। ਹੁਣ ਉਹ
ਬੜਾ ਉਹਨੂੰ ਅੰਦਰ ਪਿਆਰ ਆਇਆ, ਮੋਹ ਜਾਗਿਆ ਕਿ ਸਾਰੇ ਬੱਚਿਆਂ ਨੂੰ ਜਦੋਂ ਪੁੱਛਿਆ ਪਿਤਾ ਦਾ, ਇਹਨੇ ਵੀ ਦੱਸਿਆ ਤਾਂ ਪਤਾ ਲੱਗਿਆ ਕਿ ਤਾਂ ਮੇਰਾ ਪੁੱਤਰ ਹੈ। ਪਿਆਰ ਕਰਕੇ ਉਸਨੇ ਗੋਦੀ ਦੇ ਵਿੱਚ ਬਿਠਾ ਲਿਆ ਅਤੇ ਅੰਦਰ ਇਹਦੀ ਮਾਸੀ ਮਤਰੇਈ ਮਾਂ ਸੁਣਦੀ ਸੀ, ਉਹ ਈਰਖਾ ਦੇ ਵਿੱਚ ਜਲ ਵੱਲ ਉੱਠੀ, ਨਾ ਸਹਿਣ ਕਰ ਸਕੀ। ਉਸਨੇ ਕੀ ਕੀਤਾ, ਬਾਹੋਂ ਪਕੜ ਉਠਾ ਲਿਆ। ਫਿਰ ਕੀ ਹੋਇਆ, ਭਾਈ ਗੁਰਦਾਸ ਜੀ ਕਹਿੰਦੇ ਉਹ ਆਈ, ਉਸਨੇ ਇਸ ਤਰ੍ਹਾਂ ਦੇ ਨਾਲ ਇਹਦੇ ਨਾਲ ਦੁਰਵਿਵਹਾਰ ਕੀਤਾ। ਬਾਹੋਂ ਪਕੜ ਉਠਾ ਲਿਆ, ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਇੰਨਾ ਰੋਸ ਕੀਤਾ ਕਿ ਇਹਨੂੰ ਬਾਂਹ ਤੋਂ ਪਕੜ ਕੇ ਗੋਦ ਵਿੱਚੋਂ ਉਠਾ ਲਿਆ ਅਤੇ ਪਟ ਕੇ ਮਾਰਿਆ, ਇੱਕ ਥੱਪੜ ਸੱਜੇ ਅਤੇ ਇੱਕ ਚਪੇੜ ਖੱਬੇ ਜੜ ਦਿੱਤੀ। ਇਹ ਦਰਦ ਮਹਿਸੂਸ ਹੋਇਆ, ਡੱਡੋ ਲਿਕਾ ਮਾਂ ਪੁੱਛੇ, ਹੁਣ ਰੋਂਦਾ ਘਰ ਨੂੰ ਆਉਂਦਾ ਹੈ, ਆਪਣੀ ਮਾਂ ਨੂੰ ਪੁੱਛਦਾ ਏ, ਤੂੰ ਸੁਆਣੀ ਸਰੀਤਾ ਕਿ ਤੋਰੀ ਇਹ ਤੂੰ ਰਾਣੀ ਹੈ ਜਾਂ ਗੋਲੀ ਹੈ। ਉਹ ਕਹਿਣ ਲੱਗੀ, ਹੇ ਬੇਟਾ ਸੁਆਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ, ਹੁਣ ਐਸੇ ਮੇਰੇ ਕੋਈ ਸ਼ੁਭ ਕਰਮ ਨਹੀਂ ਸੀ ਕਿ ਜਿਸ ਕਰਕੇ ਮੈਂ ਰਾਜ ਮਹਿਲਾਂ 'ਚ ਰਹਿੰਦੀ ਹਾਂ, ਤਾਂ ਮੈਂ ਜਨਮ ਤੋਂ ਇਸ ਤਰ੍ਹਾਂ ਦੇ ਲਿਖਾ ਕੇ ਆਈ ਲੇਖ ਸੰਯੋਗ ਬਣਿਆ ਰਾਜੇ ਨਾਲ, ਅਤੇ ਤੂੰ ਪੁੱਤਰ ਵੀ ਰਾਜਕੁਮਾਰ ਪੈਦਾ ਹੋਇਆ, ਪਰ ਇਹ ਜਿਹੜਾ ਨਰਾਦਰ ਹੋਇਆ, ਨਰਾਦਰ ਦਾ ਜੋ ਕਾਰਨ ਹੈ, ਕਿਉਂਕਿ ਜੇ ਨਾਮ ਮਾਰਗ 'ਤੇ ਚੱਲੋ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਅਤੇ ਇੱਧਰ ਮੇਰਾ ਇੰਨਾ ਤਪ ਨਹੀਂ ਸੀ ਕਿ ਮੈਂ ਇਸ ਤਰ੍ਹਾਂ ਦੇ ਨਾਲ ਹੁੰਦਾ, ਇਹ ਨਰਾਦਰ ਤਾਂ ਹੀ ਹੋਇਆ। ਪਿਆਰੇ ਜੀ ਭਗਤੀ ਨਾ ਕੀਤੀ ਰੱਬ ਦੀ, ਪਿਆਰੇ ਜੀ Thank you.
ਤਾਈਓ ਹੋਇਆ ਨਰਾਦਰ ਤੇਰਾ, ਤਾਈਓ ਹੋਇਆ ਨਰਾਦਰ ਤੇਰਾ। ਭਗਤੀ ਨਾ ਕੀਤੀ ਰੰਗ ਦੀ ਲਾਲ ਜੀ, ਨਾ ਕੀਤੀ ਰੰਗ ਜੀ, ਤਾਈਓ ਹੋਇਆ ਨਰਾਦਰ, ਤਾਈਓ ਹੋਇਆ ਨਰਾਦਰ। ਨਾਮ ਨਾ ਭਗਤੀ ਕਰਮ ਦ੍ਰਿੜਤਾ, ਕਿਉਂਕਿ ਇਹ ਕਰਮ ਦਾ ਪ੍ਰਤੀ ਕਰਮ ਹੈ, ਐਕਸ਼ਨ ਦਾ ਰੀਐਕਸ਼ਨ ਹੈ, ਇਹਦੇ ਵਿੱਚ ਉਹਦਾ ਦੋਸ਼ ਨਹੀਂ। ਦੱਦਾ ਦੋਸ ਨਾ ਦਿਓ ਕਿਸੇ, ਦੋਸ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰ ਜਨਾ। ਇਹ ਤਾਂ ਕੋਈ ਸਾਡਾ ਕਰਮ ਹੀ ਐਸਾ ਹੈ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਇਹ ਕਰਮਾਂ ਦੇ ਕਰਕੇ ਕਿਰਤ ਧੱਕਾ ਮਾਰਦੀ ਹੈ, ਕਿੱਥੇ ਤੋਂ ਕਿੱਥੋਂ ਪਹੁੰਚਾ ਦਿੰਦੀ ਹੈ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਾਹਾਂ ਖਾਣੇ, ਨਾਨਕਾ ਸੱਚ ਹੈ। ਪਿਆਰਿਆ ਲਾਲ ਜੀ, ਇਸ ਕਰਕੇ ਹੋਇਆ ਹੈ। ਹੁਣ ਉਹ ਪੁੱਛਦਾ ਹੈ, ਬਚਪਨ ਸੀ, ਦਰਦ ਸੀ, ਹੁਣ ਚਲੋ ਜਿਹੜੇ ਥੱਪੜ ਚਪੇੜਾਂ ਪਈਆਂ ਉਹਨਾਂ ਦਾ ਦਰਦ ਤਾਂ ਥੋੜ੍ਹੇ ਸਮੇਂ ਦਾ ਸੀ, ਪਰ ਉਸ ਮਤਰੇਈ ਮਾਤਾ ਮਾਸੀ ਦਾ ਉਹ ਬੋਲ ਕਬੋਲ ਬੋਲਿਆ, ਉਹ ਐਸਾ ਬਾਣ ਲੱਗਿਆ, ਕਿਉਂਕਿ ਕਬੀਰ ਚੋਟ ਸਹੇਲੀ ਸੇਲ ਕੀ, ਲਾਗਤ ਲਹੇ ਉਸਾਸ, ਚੋਟ ਸਹਾਰੇ ਸ਼ਬਦ ਕੀ ਤਾਸ, ਗੁਰੂ ਮੈਂ ਦਾਸ। ਸ਼ਬਦ ਦਾ ਬਾਣ ਇਹ ਸਹਿਣਾ ਬਹੁਤ ਮੁਸ਼ਕਲ ਹੁੰਦਾ ਹੈ। ਹੁਣ ਪੁੱਛਦਾ ਹੈ, ਕਿਸ ਉੱਦਮ 'ਤੇ ਰਾਜ ਮਿਲੇ, ਰੂਤੇ ਹੋਵਣ ਸਭ ਮੀਤਾ, ਕਿ ਕਿਹੋ ਜਿਹਾ ਉੱਦਮ ਕਰਾਂ। ਤਾਂ ਫਿਰ ਉਪਰਾਲਾ ਉੱਦਮ ਹੁੰਦਾ ਹੈ, ਜਿਵੇਂ ਆਪਾਂ ਕਰਦੇ ਹਾਂ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ। ਉਹ ਉੱਦਮ ਹੁੰਦਾ ਹੈ ਕਿ ਨਾਮ ਨਾਲ ਜੁੜੇ, ਸਤਸੰਗਤ ਕਰੇ, ਅਤੇ ਉਹਦੇ ਵਿੱਚੋਂ ਦ੍ਰਿੜਤਾ ਪੈਦਾ ਹੁੰਦੀ ਹੈ ਨਾਮ ਜਪਣ ਦੀ। ਜਦੋਂ ਉੱਦਮ ਕਰਕੇ ਸਤਸੰਗ 'ਤੇ ਜਾਂਦੇ ਹਾਂ, ਅਤੇ ਇਹ ਪੁੱਛਦਾ ਕਿਹੜਾ ਉੱਦਮ ਕਰਾਂ, ਜਿਹਦੇ ਨਾਲ ਕਿਸ ਉੱਦਮ 'ਤੇ ਰਾਜ ਮਿਲੇ ਅਤੇ ਹੋਵਣ ਸਭ ਮੇਤਾ, ਕਿ ਜਿਹੜੇ ਸ਼ਤਰੂ ਹਨ ਇਸ ਤਰ੍ਹਾਂ ਦੇ, ਜਿਨ੍ਹਾਂ ਦੇ ਨਾਲ ਇਹ, ਜਿਨ੍ਹਾਂ ਨੇ ਮੇਰੇ ਨਾਲ ਇਸ ਤਰ੍ਹਾਂ ਵਿਵਹਾਰ ਕੀਤਾ ਹੈ, ਤਾਂ ਉਹ ਇਹ ਇੱਕ ਰਸਤਾ ਹੈ, ਉਹ ਹੈ ਸਤਸੰਗਤ ਦਾ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਵੈਰੀ ਨਹੀਂ ਵੈਗਾਨਾ, ਸਗਲ ਸੰਗ ਹਮ ਕੋ ਬਣਿਆਈ। ਉਹ ਹੈ ਫਿਰ ਸਤਸੰਗ, ਜਦੋਂ ਅੰਦਰ ਦਾ ਰਸਤਾ ਅਖਤਿਆਰ ਕਰਦੇ ਹਾਂ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਉਹ ਅੰਦਰ ਕੋਟ ਸਜੇ ਹਟ ਨਾਲੇ, ਆਪੇ ਲੇਵੇ ਵਸਤ ਸੰਭਾਲੇ। ਦ੍ਰਿੜਤਾ ਪੈਦਾ ਕਰ ਦਿੱਤੀ, ਸਲੇਟ ਸਾਫ ਸੀ, ਲਿਖ ਦਿੱਤੇ ਸੰਸਕਾਰ ਐਸੇ ਕਿ ਇਹ ਤੂੰ ਤਪ ਕਰ, ਜਪ ਕਰ, ਨਾਮ ਜਪ, ਸੰਗਤ ਕਰ ਸਾਧੂਆਂ ਦੀ, ਆਰਫ ਲੋਕਾਂ ਦੀ, ਜਿਹੜੇ ਨਾਮ ਨਾਲ ਜੁੜੇ ਹਨ। ਕਹਿੰਦੇ ਮਿਲਣਗੇ ਕਿੱਥੇ, ਕਹਿੰਦੇ ਤਾਂ ਕੋਈ ਕਰਮ ਜਾਗਦਾ ਆਪੇ ਉਹਨਾਂ ਦਾ ਮਿਲਾਪ ਹੋ ਜਾਂਦਾ। ਪੂਰਵ ਕਰਮ ਅੰਕਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਵੈਰਾਗੀ। ਰਸੀਏ ਪੁਰਸ਼ ਦਾ ਮਿਲਾਪ ਹੋ ਜਾਂਦਾ, ਜਿਹੜਾ ਰਸ ਨਾਲ ਜੀਵਨ ਭਰਿਆ ਹੁੰਦਾ ਹੈ।
ਫਿਰ ਕੀ ਹੁੰਦਾ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਜਿਹੜੀ ਸੁਰਤੀ ਪਈ ਹੈ ਜਨਮਾਂ ਜਨਮਾਂ ਤੋਂ, ਕੋਈ ਰੀਅਲਾਈਜ਼ ਸੋਲ ਜਿਸਨੇ ਸੈਲਫ ਰਿਸਰਚ ਕੀਤੀ ਹੈ, ਉਸਨੂੰ ਜਾਗੀ ਹੋਈ ਰੂਹ ਨੂੰ ਮਿਲ ਕੇ ਸੁਰਤ ਜਾਗ ਜਾਂਦੀ ਹੈ। ਨਹੀਂ ਤਾਂ ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਇਸੇ ਤਰ੍ਹਾਂ ਹੀ ਸਮਾਂ ਲੰਘ ਜਾਂਦਾ ਹੈ। ਹੁਣ ਮਾਤਾ ਸਤਸੰਗਣ ਸੀ, ਨਾਮ ਜਪਣ ਵਾਲੀ ਸੀ, ਉਸਨੇ ਇਸ ਦੇ ਅੰਦਰ ਵੈਰਾਗ ਪੈਦਾ ਕਰ ਦਿੱਤਾ। ਬਿਨ ਵੈਰਾਗ ਨਾ ਛੂਟ ਸਮਾਇਆ। ਜਦੋਂ ਤੱਕ ਪਿਆਰ ਵੈਰਾਗ ਨਹੀਂ ਪੈਦਾ ਹੁੰਦਾ, ਇਹ ਮਾਇਆ ਜਿਹੜੀ ਭੁੱਲ ਹੈ, ਇਹ ਮਾਇਆ ਜਿੱਤ ਹਰ ਵਿਸਰੇ ਮੋਹ ਉਪਜੇ ਪਉ ਦੂਜਾ ਲਾਇਆ, ਇਹ ਭੁੱਲ ਦੂਰ ਨਹੀਂ ਹੁੰਦੀ। ਮਾਇਆ ਪੈਸੇ ਨੂੰ ਤਾਂ ਕਿਹਾ ਹੀ ਨਹੀਂ, ਪੈਸਾ ਤਾਂ ਚਲੋ ਐਸਾ ਹੈ ਪ੍ਰਲਬਧ ਅਨੁਸਾਰ ਮਿਲਦਾ ਹੈ, ਪਰ ਉਹ ਜਿਹੜੀ ਭੁੱਲ ਪੈ ਗਈ ਜਿਹੜੀ ਪਰਮੇਸ਼ਰ ਨਾਲੋਂ ਭੁਲਾ ਦਿੰਦੀ ਹੈ, ਉਹ ਮਾਇਆ ਹੈ। ਇਸ ਤਰ੍ਹਾਂ ਦੇ ਨਾਲ ਹੁਣ ਇਸ ਦੇ ਉੱਤੇ ਇੰਨਾ ਅਸਰ ਹੋ ਗਿਆ, ਰਾਤ ਨੂੰ ਨਿਰਭਉ ਬਾਲਕ ਮੂਲ ਨਾ ਡਰੀ, ਕਿਉਂਕਿ ਇਸ ਰਸਤੇ ਦੇ ਉੱਤੇ ਚੱਲ ਪਿਆ ਮਨ ਵੈਰਾਗੀ ਹੋਏ ਅਤੀਤਾ, ਬਾਹਰ ਚੱਲਿਆ ਕਰਨ ਤਪ। ਇਸ ਤਰ੍ਹਾਂ ਦੇ ਨਾਲ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਕਿ ਇਹ ਘਰ ਤੋਂ ਚੱਲ ਪੈਂਦਾ ਹੈ। ਮਨ ਹੋ ਕੇ ਬਰਾਗੀ ਤੁਰ ਚੱਲਿਆ, ਹੋ ਕੇ ਬਰਾਗੀ ਤੁਰ ਚੱਲਿਆ, ਕਰਨ ਤਪ। ਮਨ ਵੈਰਾਗੀ ਹੋਏ ਅਤੀਤਾ, ਵੈਰਾਗ ਪੈਦਾ ਹੋਣਾ, ਕਿਉਂਕਿ ਬਿਰਹਾ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ ਫਰੀਦਾ, ਜਿਤ ਤਨ ਬਿਰਹਾ ਨਾ ਉਪਜੇ ਸੋ ਤਨ ਜਾਣ ਮਸਾਣ। ਉਹ ਕੀ ਹੈ ਉਸਦਾ ਹਿਰਦਾ, ਤਾਂ ਮਸਾਨ ਵਾਂਗੂ ਹੈ, ਭਾਵੇਂ ਵੇਖਣ 'ਚ ਸੁੰਦਰ ਹੈ, ਸਾਰੀਆਂ ਉਹਦੇ ਅੰਦਰ ਇਹ ਕੁਆਲਿਟੀਜ਼ ਗੁਣ ਹਨ, ਅਤ ਸੁੰਦਰ ਕਲੀਨ ਚਤਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਪ੍ਰੀਤ ਨਹੀਂ ਭਗਵੰਤ। ਭਾਵੇਂ ਅਤ ਦਾ ਸੁੰਦਰ ਹੈ, ਪਰ ਇਹ ਸੁੰਦਰਤਾ ਕਿਸ ਕੰਮ ਹੈ,
ਇਹ ਤਾਂ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ ਰਾਹ ਭੀੜੇ ਅੱਗੇ ਜਾਵਣਾ, ਨੰਗਾ ਦੋਜਕ ਚਾਲਿਆ ਤਾਂ ਦਿਸੇ ਖਰਾ ਡਰਾਵਣਾ, ਕਰ ਔਗਣ ਪਛੋਤਾਵਣ। ਅਤ ਸੁੰਦਰ, ਅਤਿ ਦਾ ਸੁੰਦਰ ਹੈ, ਕਲੀਨ ਚਤਰ ਬਹੁਤ ਸੋਹਣਾ ਚਤਰ ਹੈ, ਦਿਮਾਗੀ ਤੌਰ 'ਤੇ ਵੀ ਤੇਜ਼ ਹੈ। ਅਤ ਸੁੰਦਰ ਕਲੀਨ ਚਤਰ ਮੁੱਖ ਗਿਆਨੀ, ਮੁੱਖ ਦਾ ਗਿਆਨੀ ਹੈ, ਧਨਵੰਤ ਵੀ ਹੈ। ਪਰ ਜੇ ਇਹ ਸਾਰਾ ਕੁਝ ਹੁੰਦੇ ਹੋਏ ਉਹ ਪਿਆਰ ਨਹੀਂ, ਪ੍ਰੀਤ ਨਹੀਂ ਪਰਮੇਸ਼ਰ ਦੇ ਨਾਲ, ਕਦੇ ਇਹਦੇ ਅੰਦਰ ਚਾਹ ਨਹੀਂ ਹੋਇਆ, ਤੂੰ ਚੋ ਸੱਜਣ ਮੈਂਡਿਆਂ ਡੇਈ ਸਿਸ ਉਤਾਰ, ਨੈਣ ਮਹੰਜੇ ਤਰਸਦੇ ਕਦ ਪੱਸੀ ਦੀਦਾਰ। ਫਿਰ ਕਿਹੋ ਜਿਹੀ ਮਨੋ ਅਵਸਥਾ ਹੈ, ਫਿਰ ਤਾਂ ਉਸ ਦਾ ਜੀਵਨ ਬਿਨ ਜੀਵਨ, ਬਿਨ ਸਿਮਰਨ ਜੋ ਜੀਵਨ ਵੱਲ ਨਾ ਸਰਪ ਜੈਸੇ ਅਰਜਾਰੀ, ਉਹ ਜਿਹੜਾ ਹੈ ਹਰ ਵਿਸਰਤ ਸਦਾ ਖੁਆਰੀ। ਤਾਂ ਕੋ ਧੋਖਾ ਕਹਾਂ ਵਿਆਪੈ, ਜਾਂ ਕੋ ਓਟ ਤੁਹਾਰੀ। ਸਿਮਰਨ ਤੋਂ ਬਗੈਰ, ਨਾਮ ਬਿਨਾਂ ਜੀਵਨ ਕੌਣ ਕਾਮ, ਫਿਰ ਕਿਸ ਕੰਮ ਦੇ ਵਾਸਤੇ ਆਇਆ ਹੈ। ਪ੍ਰਾਣੀ ਤੂੰ ਆਇਆ ਕਿਹੜੇ ਕੰਮ, ਲੱਗਾ ਕਿਤ ਕਫਕੜੇ ਸਭ ਮੁੱਕਦੀ ਚੱਲੀ ਰਹਿਣ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਉਹ ਤੂੰ ਕਿਹੜੇ ਕੰਮ ਆਇਆ, ਲਾਹਾ ਲੈਣ ਵਾਸਤੇ ਆਇਆ, ਹੋਰ ਕੰਮ 'ਚ ਪੈ ਗਿਆ। ਲਾਹੇ ਕੋ ਤੂੰ ਢੀਲਾ ਢੀਲਾ, ਤੋ ਬੇਗਤਾ ਆਇਆ। ਚੰਗਿਆਈ ਆਲਕ ਕਰੇ ਬੁਰਿਆਈ ਸ਼ੇਰ, ਨਾਨਕ ਅੱਜ ਕੱਲ੍ਹ ਆਪਸੀ ਕਾਫਲ ਫਾਈ। ਅੱਜ ਕੱਲ੍ਹ ਕਰਦਿਆਂ ਕਾਲ ਵਿਆਪੇ, ਸਮਾਂ ਆ ਜਾਂਦਾ ਹੈ, ਪਰ ਉਸ ਨੇ ਨੀ ਟਾਲ ਮਟੋਲ ਕੀਤੀ, ਉਸੇ ਸਮੇਂ ਬਾਹਰ ਚੱਲਿਆ ਕਰਨ ਤਪ, ਮਨ ਵੈਰਾਗੀ ਹੋਏ ਅਤੀਤਾ। ਹੁਣ ਅੱਗੇ ਕੀ ਹੋਇਆ, ਨਾਰਦ ਮੁਨ ਉਪਦੇਸਿਆ, ਨਾਮ ਮਹਾਰਸ ਅਮਿਓ ਪੀਤਾ। ਉਹ ਜਿਹੜਾ ਰਸ ਨਾਮ ਦਾ, ਕਿਉਂਕਿ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀ, ਹਰ ਅੰਮ੍ਰਿਤ ਗੁਰਮਤ ਪਾਏ ਰਾਮ, ਜਿਹਨੂੰ ਉਹ ਉਪਦੇਸ਼ ਮਿਲਦਾ ਹੈ, ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰ ਉਪਦੇਸ਼ ਸੁਣਾਵੇ। ਉਹ ਗੁਰਬਾਣੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਉਹ ਉਪਦੇਸ਼ ਜੀਵ ਅਤੇ ਬ੍ਰਹਮ ਦੀ ਅਭੇਦਤਾ ਦਾ ਆਉਂਦਾ ਹੈ। ਇਹ ਉਪਦੇਸ਼ ਉਹ ਗੁਰੂ ਦਿਆਲ ਹੋ ਕੇ ਦੱਸਦਾ ਹੈ, ਨਹੀਂ ਤਾਂ ਇਹ ਆਤਮਾ ਜਦੋਂ ਜੀਵ ਨਾਲ ਸੰਬੰਧ ਜੁੜਿਆ, ਜੀਵ ਆਤਮਾ ਕਹਿਲਾਉਣ ਲੱਗੀ, ਹੋਰ ਸੰਬੰਧ ਥੱਲੇ ਆਇਆ, ਮਨ ਬੁੱਧ ਚਿੱਤ ਅਹਿਮ ਭਾਵ ਦੇ ਵਿੱਚ ਇਹ ਪੰਜ ਤੱਤ ਦੇ ਸਰੀਰ ਨੂੰ ਆਪਣਾ ਆਪ ਕਹਿਲਾਉਣ ਲੱਗੀ। ਹੈ ਤਾਂ ਆਤਮਾ ਪਰ ਭੁਲੇਖਾ ਪੈ ਗਿਆ, ਅਹਿਮ ਭਾਵ ਦੇ ਵਿੱਚ ਅੰਤਿਸ਼ਕਰਨ ਚਾਰ ਦਾ ਜੋੜ ਹੈ, ਮਨ ਬੁੱਧ ਚਿੱਤ ਅਤੇ ਅਹਿਮ ਭਾਵ, ਪਰ ਉਹਦੇ ਉੱਤੇ ਮੈਲ ਪੈ ਗਈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਾਉ ਖਨਲੀ ਧੋਤੀ, ਉਜਲੀ ਨਾ ਹੋਵੇ ਜੇ ਸੌ ਧੋਵਣ ਪਾ, ਮੂਤ ਪਲੀਤੀ ਕੱਪੜ ਹੋਏ ਦੇ ਸਾਬੁਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ। ਹੁਣ ਨਾਰਦ ਮੁਨੀ ਨੇ ਉਪਦੇਸ਼ ਕਰ ਦਿੱਤਾ ਅਤੇ ਇਸ ਨੇ ਫਿਰ ਕਮਾਈ ਕੀਤੀ। ਜਿਹੜਾ ਖੋਰ ਮੰਤਰ ਸੀ, ਓਮ ਨਮੋ ਭਗਵਤੇ ਸ੍ਰੀ ਵਾਸਦੇਵ, ਇਹ ਪਹਿਲੇ ਸਮਿਆਂ 'ਚ ਸਤਯੁਗ 'ਚ ਇਹ ਮੰਤਰ ਵੱਡੇ ਹੁੰਦੇ ਸਨ, ਉਮਰਾਂ ਵੱਡੀਆਂ ਸਨ, ਲੱਖ ਵਰੇ ਦੀ ਆਰਜਾ। ਫਿਰ ਦੁਆਪਰ ਤ੍ਰੇਤੇ 'ਚ ਤ੍ਰੇਤਾ ਆਇਆ ਸਤਯੁਗ ਤੋਂ ਬਾਅਦ, ਇਹ ਉਮਰਾਂ 10,000 ਸਾਲ ਤੱਕ, ਫਿਰ ਜਿਹੜਾ ਦੁਆਪਰ ਆਇਆ 1,000 ਸਾਲ ਰਹਿ ਗਈ, ਕਲਯੁਗ 100 ਸਾਲ, ਹਾਲੇ ਕਲਯੁਗ ਥੋੜ੍ਹਾ ਸਮਾਂ ਹੀ ਹੋਇਆ, ਐਵਰੇਜ ਉਮਰ ਹੋਰ ਘੱਟ ਗਈ ਹੈ। ਸੋ ਇਸ ਤਰ੍ਹਾਂ ਦੇ ਨਾਲ ਸਮਾਂ ਬਹੁਤ ਘੱਟ ਹੈ, ਸਵਾਸ ਘੱਟ ਹਨ, ਅਤੇ ਇਸ ਕਰਕੇ ਮੰਤਰ ਬਹੁਤ ਸੁਖਾਲਾ, ਕਲਯੁਗ ਨਾਨਕ ਨਾਮ ਸੁਖਾਲਾ ਮਹਾਰਾਜ ਲੈ ਕੇ ਆਏ।
ਜਿਹੜਾ ਸਾਰੇ ਦੁੱਖਾਂ ਦਾ ਸਾਰੇ ਰੋਗਾਂ ਦਾ ਇਲਾਜ ਹੈ। ਅਤੇ ਇਹ ਸਵਾਸ ਦੇ ਉੱਤੇ ਵੀ ਆ ਜਾਂਦਾ ਸਾਡਾ ਇਹ ਮੰਤਰ ਹੈ ਜਿਹੜਾ ਸਾਰੇ ਦੁੱਖ ਸਾਰੇ ਰੋਗ ਦੂਰ ਕਰਦਾ ਹੈ। ਤੇਰੇ ਸਾਰਿਆਂ ਦੁੱਖਾਂ ਦੀ ਦਾਰੂ ਦਾਰੂ ਇੱਕ ਨਾਮ ਵਾਹਿਗੁਰੂ ਦਾ ਤੇਰੇ ਸਰਵ ਰੋਗ ਕਾ ਔਖਦ ਨਾਮ, ਸਾਰੇ ਦੁੱਖਾਂ ਦਾ ਸਾਰੇ ਰੋਗਾਂ ਦਾ ਇਲਾਜ ਨਾਮ ਹੈ। ਹੈ ਵੀ ਸਭ ਦੇ ਅੰਦਰ, ਹਰ ਔਖਦ ਸਭ ਘੱਟ ਹੈ ਪਾਈ। ਗੁਰਪੂਰੇ ਬਿਨ ਵਿੱਧ ਨਾ ਬਣਾਈ, ਗੁਰਪੂਰੇ ਸੰਜਮ ਕਰ ਦੀਆ, ਨਾਨਕ ਤੋਂ ਫਿਰ ਦੁੱਖ ਨਾ ਥੀਆ। ਇਸ ਤਰ੍ਹਾਂ ਦੇ ਨਾਲ ਕਰਦੇ ਕਰਦੇ ਮੰਤਰ ਦੀ ਕਮਾਈ ਨਾਮ ਤੱਕ ਰਸਵਾਈ ਹੋਈ, ਉਹ ਸਥਿਤੀ 'ਚ ਪਹੁੰਚ ਗਏ, ਨਾਮ 'ਚ ਸਥਿਤ ਹੋ ਗਏ। ਅਤੇ ਫਿਰ ਪਿੱਛੋਂ ਰਾਜੇ ਸੱਦਿਆ, ਅਵਚਲ ਰਾਜ ਕਰੋ ਨਿਤ ਨੀਤਾ। ਹੁਣ ਰਾਜੇ ਨੇ, ਜਦੋਂ ਨਾਰਦ ਮੁਨ ਜੀ ਨੇ ਆ ਕੇ ਰਾਜੇ ਨੂੰ ਦੱਸਿਆ ਕਿ ਦੇਖ, ਤੇਰਾ ਪੁੱਤਰ ਤਪੱਸਿਆ ਕਰਨ ਲੱਗ ਗਿਆ, ਉਮਰ ਤਾਂ ਤੇਰੀ ਸੀ ਕਿ ਤੂੰ ਰਾਜ ਭਾਗ ਤੋਂ ਵਿਹਲਾ ਹੋ ਕੇ ਕੰਮ ਕਰਦਾ, ਪਰ ਉਲਟਾ ਹੋ ਗਿਆ, ਅਤੇ ਜਾ ਉਸ ਨੂੰ ਮਨਾ। ਹੁਣ ਮਨਾਉਂਦੇ ਨੇ ਕਿ ਚੱਲ ਰਾਜ ਸਾਂਭ, ਕਹਿੰਦੇ ਹੁਣ ਮੈਨੂੰ ਇਸ ਰਾਜ ਦੀ ਲੋੜ ਨਹੀਂ, ਐਸੋ ਰਾਜ ਨਾ ਕਿਤ ਹੀ ਕਾਮ, ਜਿੱਤ ਨਹਿ ਤ੍ਰਿਪਤੀ। ਜੇ ਇਹਦੇ ਵਿੱਚ ਕਿਹੜਾ ਸ਼ਾਂਤੀ ਹੈ, ਛਤਰਧਾਰ ਬਾਦਸ਼ਾਹੀਆਂ ਵਿੱਚ ਸਹਿਸੇ ਭਰੀਆਂ। ਅਸਲ 'ਚ ਉਹ ਰਾਜ ਜਿਹੜਾ ਅਵਨਾਸੀ ਹੈ, ਨਾ ਨਾਸ ਹੋਣ ਵਾਲਾ ਹੈ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਨਾਮ ਮਨ 'ਚ ਦੇ ਨਾਲ ਜੁੜ ਗਿਆ, ਅਤੇ ਪਾਤਸ਼ਾਹ ਕਹਿੰਦੇ ਰੇ ਮਨ, ਇਸ ਤਰ੍ਹਾਂ ਦੇ ਨਾਲ ਤੂੰ ਕਰ ਕਿ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ,
ਜਹ ਸਿਮਰਤ ਗਨ ਕਾ ਸੀ ਉਧਰੀ ਤਾਂ ਕੋ ਜਸ ਉਰਧਾਰੋ। ਅਟਲ ਪਿਓ, ਅੱਜ ਵੀ ਤੁਸੀਂ ਦੇਖੋ ਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਧਰੂਣ ਦਾ ਜ਼ਿਕਰ ਆਉਂਦਾ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਇਹ ਸਾਰੀ ਵਾਰ ਦੱਸਦੀ ਹੈ ਕਿ ਐਸੀ ਅਵਸਥਾ ਹੈ, ਅਟਲ ਪਦਵੀ ਪ੍ਰਾਪਤ ਹੋਈ। ਅਟਲ ਪਿਓ ਤਰੋਂ ਜਾ ਕੇ ਸਿਮਰਨ ਅਰ ਨਿਰਪੈ ਪਦ ਪਾਇਆ, ਦੁੱਖ ਹਰਤਾ ਇਹ ਵਿਧ ਕੋ ਸੁਆਮੀ, ਤੈਂ ਕਾਹੇ ਵਿਸਰਾਇਆ। ਜਿਹੜਾ ਸਾਰੇ ਦੁੱਖਾਂ ਦਾ, ਸਾਰੇ ਰੋਗਾਂ ਦਾ ਨਾਸ ਕਰਨ ਵਾਲਾ ਹੈ, ਐਸਾ ਮੰਤਰ ਜੋ ਨਾਮ ਤੱਕ ਪਹੁੰਚਾ ਦਿੰਦਾ ਹੈ, ਤੂੰ ਕਿਉਂ ਭੁੱਲਿਆ ਬੈਠਾ ਹੈ, ਵਿਸਰਿਆ ਹੈ ਤੈਨੂੰ, ਇਸ ਕਰਕੇ ਤੂੰ ਯਾਦ ਕਰ। ਐਸੇ ਦੇਖ ਕੇ, ਐਸੇ ਦਾ ਦ੍ਰਿਸ਼ਟਾਂਤ ਸੁਣ ਕੇ, ਸੁਣ ਸਾਖੀ ਮਨ ਜਪ ਪਿਆਰ। ਅੱਗੇ ਜ਼ਿਕਰ ਆਉਂਦਾ ਅਜਾਮਲ ਦਾ, ਅਜਾਮਲ ਉਧਰਿਆ ਕਹਿ ਇੱਕ ਵਾਰ, ਅਖੀਰਲੀ ਵਾਰ ਉਹਨੇ ਨਾਰਾਇਣ ਕਿਹਾ। ਫਿਰ ਦੇਖੋ ਕਿੱਡੀ, ਅਜਾਮਲ ਪਾਪੀ ਜਗ ਜਾਨੇ ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਪੀ ਉਤਰਸ ਪਾਰਾ। ਸੋ ਇਸ ਤਰ੍ਹਾਂ ਦੇ ਨਾਲ ਹੁਣ ਉਹ ਧਰੂਣ ਨੂੰ ਐਸੀ ਅਵਸਥਾ ਪ੍ਰਾਪਤ ਹੋਈ, ਹਾਰ ਚਲੇ, ਗੁਰਮੁਖ ਜਗ ਜੀਤਾ। ਕਿੱਡੀਆਂ ਅਵਸਥਾਵਾਂ ਗੁਰਮੁਖਤਾਈ ਦੀਆਂ ਪ੍ਰਾਪਤ ਹੁੰਦੀਆਂ ਹਨ। ਸੋ ਐਸੀ ਸਾਖੀ ਸੁਣ ਕੇ, ਐਸਾ ਪ੍ਰਮਾਣ ਸੁਣ ਕੇ ਕਿ ਇਸ ਤਰ੍ਹਾਂ ਦੇ ਨਾਲ, ਕਿਉਂਕਿ ਜਿਵੇਂ ਪ੍ਰਹਿਲਾਦ ਅਤੇ ਧਰੂਣ ਨੇ ਜਪਿਆ, ਪਾਤਸ਼ਾਹ ਕਹਿੰਦੇ ਤੁਸੀਂ ਵੀ ਇਸ ਤਰ੍ਹਾਂ ਦੇ ਨਾਲ ਕਰੋ। ਜਪੋ ਜੀ ਐਸੇ, ਜਪੋ ਜੀ ਐਸੇ, we'll be right back.
ਸੋ ਇਸ ਤਰ੍ਹਾਂ ਦੇ ਨਾਲ ਵੈਖਰੀ ਤੋਂ ਮੱਧਮਾ, ਮੱਧਮਾ ਤੋਂ ਪਸੰਤੀ, ਪਸੰਤੀ ਤੋਂ ਪਰਾ ਕਿ ਸਵਾਸ ਦੇ ਉੱਤੇ ਲੈ ਆਓ, ਕਿਉਂਕਿ ਸਵਾਸ ਪਤਾ ਨਹੀਂ ਕਿਹੜਾ ਆਖਰੀ ਆਉਣਾ ਹੈ। ਇਹ ਬਾਹਰ ਚਲਾ ਗਿਆ, ਮੁੜ ਕੇ ਅੰਦਰ ਨਹੀਂ ਆਉਣਾ। ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ। ਸੋ ਇਸ ਕਰਕੇ ਤਿਆਰੀ ਰੱਖੀਏ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ, ਇਹੀ ਕਰੀਏ। ਸੋ ਆਪਾਂ ਵਿਚਾਰ ਸ਼ੁਰੂ ਕੀਤੀ ਹੈ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜਹ ਸਿਮਰਤ ਗਨਕਾ ਸੀ ਉਧਰੀ, ਤਾਂ ਕੋ ਜਸ ਉਰਧਾਰੋ, ਤਰੋਂ ਅਟਲ ਪਿਓ ਤਰੋਂ ਜਾ ਕੇ ਸਿਮਰਨ, ਅਰ ਨਿਰਭੈ ਪਦ ਪਾਇਆ ਦੁੱਖ ਹਰਤਾ ਇਹ ਵਿਧ ਕੋ ਸੁਆਮੀ, ਤੈਂ ਕਾਹੇ ਵਿਸਰਾਇਆ, ਜਬ ਹੀ ਸ਼ਰਨ ਗਹੀ ਕਿਰਪਾ, ਨਿਤ ਗਜ ਕਰਾ ਤੇ ਛੂਟਾ, ਮਹਿਮਾ ਨਾਮ ਕਹਾਂ ਲੋ ਵਰਨੋ, ਕਹਿਤ ਬੰਧਨ ਤਹਿ ਤੂਟਾ। ਅਜਾਮਲ ਪਾਪੀ ਜਗ ਜਾਨੇ, ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਪੀ ਉਤਰਸ ਪਾਰਾ। ਸੋ ਇੱਥੋਂ ਵਿਚਾਰ ਆਪਾਂ ਕੱਲ੍ਹ ਨੂੰ ਸ਼ੁਰੂ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਵਿਚਾਰਾਂ ਕਰਦਿਆਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਹਨ, ਗੁਰਸੰਗਤ ਬਖਸ਼ਣ ਯੋਗ ਬਖਸ਼ ਦੇਵੇ। ਆਓ ਜਿਹੜੇ ਨਹੀਂ ਵੀ ਹੁਣ ਤੱਕ ਬੋਲ ਸਕੇ, ਹੁਣ ਜ਼ਰੂਰ ਅਨੰਦ ਸਾਹਿਬ ਦੇ ਵਿੱਚ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ, ਉਪਰੰਤ ਅਰਦਾਸ ਵਿੱਚ ਜੁੜੀਏ। ਰਾਮ ਕਲੀ ਮਹਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਨਾਲ ਰੋਤ ਮਨ ਹਰ ਕੇ ਲਾਗੇ,
ਦਿਸ ਰਾਤ ਦੁਈ ਲਾਈ ਤਾਇਆ